बिस्मिल्लाह रहमान रहीम। अस्सलाम वालेकुम, वेख रहे हो तुसीं अपना सुरखियां चैनल ते मैं तुहाडा मेज़बान दिशाक। भरावां वास्ते रोजाना दी नवीं तो नवीं ते अच्छी तो अच्छी वीडियो लैके हाजिर होवी ते उम्मीद करना इंशाल्लाह भरावां नूं वीडियो पसंद आउंदी। वीडियो नूं लाइक भी कर दिओ, वीडियो नूं शेयर भी कर दिओ। सब तो पहला अपने चैनल नूं करना सबसक्राइब ते बैल आइकन का बटन जरूर दबा लेना ताकि साडी आवण वाली नवीं तो नवीं वीडियो जिहड़ी है भरावां तक आसानी पहुँच सके। वीडियो जिहड़ी बना लगे आ भाई मेहंदी डोगर मेरे इस टाइम नाल खड़े आ। इस पिंड दी साडी पहली वीडियो, वीडियो दा एड्रेस है जे जिला गुजरात, तहसील गुजरात, पिंड रांझा चम्बट, गुजरात तो जलालपुर वाया जलालपुर जट्टा जिहड़ा कड़ियां वाला रोड है उस रोड दे उत्ते ही पिंड रांझा चम्बट अगे तुसीं कोटली कुहाड़े दी वीडियो वेखदे हो। कोटली कुहाड़ा ते रांझा चम्बट कट्ठे ही ने पिंड दोवे नाल नाल ने। भाई मेहंदी डोगर मेरे नाल इस टाइम खड़े आ। जानवर ने उन्हां कोले पंज ने, चार ने, छे गलबात जिहड़ी असीं भाई मेहंदी ना कर लैने, बाकी पुछ लैने कितना चेर हो गया व्यापार कर दे जिहड़ी गलबात असीं उन्हां ना कर। अस्सलाम वालेकुम जी। वालेकुम सलाम। सुनाओ भाई मेहंदी क्या हाल है? खैर जी ठीक ठाक। अच्छा भाई मेहंदी सब तो पहला तो यह दसो कितना चेर हो गया जे व्यापार करदे आ जिहड़ा मझां ਅੱਗੇ ਵੀ ਕਰਦੇ ਹੋ ਵਪਾਰ? ਅੱਗੇ ਵਪਾਰ ਘੱਟ ਹੀ ਕਰਨੇ ਆ, ਇਹ ਹੁਣ ਹੀ ਸ਼ੁਰੂ ਕੀਤੀਆਂ। ਕਿੰਨਾ ਚਿਰ ਹੋ ਗਿਆ ਜੀ? ਇਹ ਤਕਰੀਬਨ ਸਾਲ ਕੁ 6 ਮਹੀਨੇ ਹੋ ਗਏ ਨੇ। ਘਰ ਹੀ ਵੇਚਨੇ ਅਸੀਂ ਕੋਈ ਇੱਕ ਵੀਡੀਓ ਚਾਲੀ। ਵੀਡੀਓ ਤੇ ਪਹਿਲੀ ਹੈ ਤੁਹਾਡੀ, ਉਹ ਤੇ ਮੈਂ ਵੀ ਪਹਿਲਾਂ ਦੱਸਣਾ, ਲੇਕਿਨ ਉਹ ਜਿਹੜਾ ਆਪਣਾ ਲੋਕਲ ਜਿਹੜਾ ਇੱਕ ਨੈਟਵਰਕ ਹੈ ਉਹਦੇ ਨਾਲ ਤੁਸੀਂ ਲਿਆਉਂਦੇ ਹੋ ਵੇਚਦੇ ਹੋ ਜੀ, ਜਿਹੜਾ ਤੇ ਆਪਣੇ ਡੇਰੇ ਤੇ ਜਾਂ ਡੇਰੇ ਤੇ ਵੇਚਨੇ ਅਗਲੇ। ਬਾਕੀ ਹੁਣ ਟੋਟਲ ਗਵਾਲ ਦਾ ਵੀ ਕੰਮ ਕਰਦੇ ਹੋ ਘਰ? ਜਾ ਘਰ ਗਵਾਲ ਦਾ ਵੀ, ਦੁੱਧ ਦਾ ਕੰਮ ਕਰ ਰਿਹਾ। ਕਿੰਨੇ ਕੋ ਜਾਨੋ ਜੀ ਇਸ ਟਾਈਮ ਟੋਟਲ ਜਿਹੜੇ ਡੇਰੇ ਤੇ? ਟੋਟਲ 3 ਹੈ। 3 ਕੋਈ ਹੈ ਨੇ ਜਿਹੜਾ ਦੁੱਧ ਸ਼ੋਧ ਇੱਥੇ ਡੇਰੇ ਤੇ ਵੇਚਦੇ ਹੋ ਜਾਂ ਹੈਗਾ? ਨਹੀਂ ਸ਼ਹਿਰ ਜਲਾਲਪੁਰ ਜੱਟਾ। ਜਲਾਲਪੁਰ ਜਾ ਕੇ ਜਾ ਠੀਕ ਹੋ ਗਏ। ਹੁਣ ਕਿੰਨੇ ਜਿਹੜੇ ਖੜੇ ਇਸ ਟਾਈਮ ਜਿਹੜੇ ਵੀਡੀਓ ਵਿੱਚ ਪਾਣੇ ਨੇ ਜਿਨ੍ਹਾਂ ਦਾ ਮੁੱਲ ਲਾਣਾ, ਕਿੰਨੀਆਂ ਮੱਝਾਂ ਨੇ? ਮੱਝਾਂ ਹੀ ਨੇ ਨਾ? ਜਾ ਮੱਝਾਂ ਹੀ ਨੇ। ਕਿੰਨੀਆਂ? 6 ਮੱਝਾਂ ਨੇ। 6 ਨੇ। ਕਰੀਏ ਵੀਡੀਓ ਸ਼ੁਰੂ? ਜਾ ਆ ਜਾਓ ਜੀ, ਕਰੋ ਬਿਸਮਿਲ੍ਲਾ। ਖੋਲੋ ਜੀ, ਕਿਹੜੀ ਨੰਬਰ 1 ਤੇ ਪਾਣੀ ਜੀ? 1 ਨੰਬਰ ਆ, ਕਰ ਲੋ। ਖੋਲੋ ਜੀ ਨੰਬਰ 1। ਦੂਜੀਆਂ ਵਿਕੀਆਂ ਨੇ ਜੀ? ਦੂਜੀਆਂ ਵਿਕੀਆਂ ਨੇ ਕੋ 5? ਉਹ ਪਹਿਲਾਂ ਹੀ ਵਿਕੀਆਂ, ਪਹਿਲਾਂ ਹੀ ਵਿਕੀਆਂ ਨੇ ਕੋ 2 ਸੁਬਾ ਵਿਕ ਗਈਆਂ ਨੇ ਜੀ। ਬਾਕੀ ਆ 6 ਇਸ ਟਾਈਮ ਹੈ ਨੇ ਜਿਨ੍ਹਾਂ ਦਾ ਮੁੱਲ ਲਾਣਾ। ਇਹਦੇ ਚ ਕਿੰਨੀਆਂ ਜੇ ਗੱਬਣਾ? ਇਹਦੇ ਚ 1 ਗੱਬਣ ਜੀ ਜੀ, ਦੂਜੀਆਂ ਸਗਣੀਆਂ, ਬਾਕੀ ਸੋਈਆਂ ਨੇ ਜੀ। ਜਾਣ ਦਿਓ ਜੀ। ਹਾਂ ਜੀ, ਨੰਬਰ 1 ਭਾਈ ਮਹਿੰਦੀ ਤੁਸੀਂ ਬਣਾਣੀ ਹੈ ਮੱਝ। ਮੱਝ ਦਾ ਸੁਭਾ ਕਿੰਨਾ? ਮੱਝ ਕਦੋ ਦੀ ਸੋਈ ਹੈ? ਮਗਰ ਜਾ ਕੇ ਸੋ ਕਿੰਨਾ ਕੋ ਦੁੱਧ ਜਿਹੜਾ ਦਿੰਦੀ ਪਈ? ਬਣਾਓ ਮੱਝ ਨੰਬਰ 1 ਪਹਿਲੇ ਨੰਬਰ ਤੇ। ਕਿੰਨਾ ਸੁਭਾ ਕਿੰਨਵਾ ਸੋ? ਸੁਭਾ 3 ਸੁਭਾ 3 ਸੋਈ ਹੈ? ਕਦੋ ਦੀ ਸੋਈ ਹੈ? ਸੋਈ ਤਕਰੀਬਨ 4 3 ਦਿਨ ਜੀ। ਕੱਚੀ ਆਈ ਹੈ? ਬਿਲਕੁਲ ਬੋਲਿਆ ਜੀ ਇਹਨਾਂ ਜੀ। ਪਰਸੇ ਮੱਝਾਂ ਆਈਆਂ ਨੇ ਰਹਿਮ ਯਾਰ ਹਾਂ ਤੋਂ। ਰਹਿਮ ਯਾਰ ਹਾਂ ਤੋਂ ਲੈ ਕੇ ਆਏ ਹੋ? ਜਾ ਰਹਿਮ ਯਾਰ ਹਾਂ। ਰਹਿਮ ਯਾਰ ਹਾਂ ਤੋਂ ਨੰਬਰ 1 ਸੁਭਾ 3 ਵੱਡੇ ਵੱਡੇ ਬੱਚਾ ਮੂੰਹ ਮਾਰ ਗਿਆ, ਥੋੜਾ ਜਿਹਾ ਪਿੱਛੇ ਜਗ੍ਹਾ ਥੋੜੀ ਹੈ ਨਾ ਜੀ, ਮੂੰਹ ਮਾਰਨੇ ਮੈਂ ਤੇ ਮੱਝ ਪਸਮ ਗਈ ਹੈ। ਮੱਝ ਵੀ ਕੱਚੀ ਹੈ, ਮੱਝ ਹੈ ਇਹ ਤਾਂ ਰੱਖੀ ਜੀ। ਤੀਸਰਾ ਦਿਨ ਹੈ ਇਹ ਤੇ ਬਿਲਕੁਲ ਕੱਚੀ ਹੈ ਬੋਲੇ ਤੇ ਜੀ। ਭਾਈ ਮਗਰ ਕੇਸ? ਮਗਰ ਕੱਟੀ। ਮਗਰ ਕੱਟੀ ਬੰਨੋ ਤੋਂ ਜੀ, ਉੱਤੇ ਬੁਲਾ ਲੈ ਪਿਓ ਹਾਲ ਲੈਂਦਾ ਉਹਨੇ ਦੇ ਕੋਲੋਂ। ਕਿੰਨਾ ਕੋ ਭਾਈ ਮਹਿੰਦੀ ਚੁੰਦੇ ਪਿਓ ਜਿਹੜਾ ਬੋਲਾ? ਅੱਧਾ ਕਿਲੋ ਘੱਟ ਹੀ ਦੱਸਣਾ, ਟੈਨਸ਼ਨ ਨਹੀਂ ਆ। ਜਿਹੜਾ ਕੋਈ ਚੁੰਦੇ ਹੋ ਪੈਨ ਉਹਦੇ ਨਾਲ ਪਾ, ਅੱਧਾ ਕਿਲੋ ਘੱਟ ਹੀ ਦੱਸੋ, ਕਿਉਂਕਿ ਜਿਸ ਵੇਲੇ ਭਰਾ ਆਵੇ ਨਾ ਆ ਕੇ ਚੋਏ, ਜਿਹੜੀ ਗੱਲ ਵੀਡੀਓ ਚ ਕੀਤੀ ਉਹਦੇ ਨਾਲ ਵੱਧ ਨਹੀਂ ਜੀ। 11 ਤੋਂ 12 ਕਿਲੋ ਬੋਲਾ ਬੋਲਾ। 11 ਹੀ ਕਰੋ ਜੀ ਜੀ, 11 ਤੋਂ 12 ਪੇ ਆਖ ਦਿਓ, ਲੇਕਿਨ 11 ਹੀ ਕਰੋ। ਜਿਹੜਾ ਪੇ ਦੱਸ ਦਿਓ ਤਿੰਨਾਂ ਥਣਾਂ ਦਾ ਜਾਂ ਸਾਰੀ ਦਾ? ਗੱਲ ਸੁਣਾਓ ਹਜੇ ਨੰਬਰ 1 ਜਿਹੜੀ ਹੈ ਭਾਈ ਮਹਿੰਦੀ, ਮੁੱਲ ਵੀਡੀਓ ਚ ਲਾਣ ਬਣਾਉਣ ਦਾ ਮਕਸਦ ਇਹ ਨਹੀਂ ਕਿ 2 ਲੱਖ ਵਾਲੀ 3 ਦੀ ਵਿਕ ਜਾਣੀ, ਵਿਕਣੀ ਉਹਨੇ ਦੀ ਹੈ ਜਿੰਨੇ ਦੀ ਹੈ ਆਪਣੇ ਪੇਟ ਵਾਸਤੇ। ਹਰ ਬੰਦਾ ਕਰਦਾ, ਤੁਸੀਂ ਵੀ ਵਪਾਰ, ਅਸੀਂ ਵੀ ਪੇਟ ਵਾਸਤੇ ਕਰਦੇ। ਜੈਲ ਮੁਨਾਸਬ ਜੀ ਆਪਣੀ ਰੋਜ਼ੀ ਰੱਖ ਕੇ ਬੱਚਿਆਂ ਦੀ, ਕਿੰਨੇ ਦੀ ਮਾਈ ਨੰਬਰ 1 ਜਿਹੜੀ ਤੁਸੀਂ ਦੇ ਸਕਣੀ ਹੈ? 2,40,000। 2,40,000 ਰੁਪਏ ਦੀ ਜ
ਜਿਹੜੇ ਭਰਾ ਨੂੰ ਪਸੰਦ ਆਵੇ ਜਾਂ ਜਿਹੜੇ ਭਰਾ ਨੂੰ ਪਸੰਦ ਆ ਜਾਏ ਮਜ਼ੀਦ ਫੇਰ ਵੀ ਵਾਧਾ ਘਾਟਾ ਕੋ ਪਿਆਰ ਮੁਹੱਬਤ ਕਰ ਲਾਂ ਪਿਆਰ ਮੁਹੱਬਤ 2,40,000 ਮੁੱਲ ਲਾਉਂਦੇ ਤੇ ਜੋ ਪਿਆਰ ਮੁਹੱਬਤ ਵੀ ਹੋਵੇਗਾ ਹੋਵੇਗਾ ਜੀ ਲਿਆਓ ਜੀ ਅੱਗੇ ਨੰਬਰ 2 ਜਿਹੜੀ ਖੋਲੋ ਇਹ ਥੱਲੇ ਲਾਉਣੇ ਜੀ ਉਹ ਚੈ ਨਾਲ ਹੋ ਗਿਆ ਨੇ ਆਉਣ ਦਾ ਫੜ ਬੱਚਾ ਨਾਲ ਨਾਲ ਕਵਰ ਕਰੀ ਆਉਂਦਾ ਪਿਆ ਜਿਹੜੀ ਤਾਂ ਹੈ ਉਹ ਨਾਲ ਦੱਸੀ ਆਉਂਦਾ ਰਹਿਣ ਦਿੱਤੇ ਐਪੇ ਦਾ ਹਾਲ ਲੈਣੇ ਇੱਥੇ ਨੰਬਰ 2 ਦਾ ਹਾਂਜੀ ਨੰਬਰ ਆ ਗਏ 2 ਬਣਾਓ ਜੀ ਨੰਬਰ 2 ਜਿਹੜੀ ਹੈ ਸੜਨ ਸੁ ਜਾਂ ਸਰਨ ਹੈ ਸੁ ਥੋੜੀ ਦੋ ਲੱਤਾਂ ਨੂੰ ਸੁ ਨਹੀਂ ਇੱਕ ਲੱਤ ਨਹੀਂ ਇੱਕ ਨੂੰ ਹੀ ਹੈ ਠੀਕ ਹੋ ਬਣਾਓ ਜੀ ਨੰਬਰ 2 ਜਿਹੜੀ ਹੈ ਨੰਬਰ 2 ਦਾ ਕੀ ਹਿਸਾਬ ਤਾਬ ਹੈ ਜਿਸ ਤਰ੍ਹਾਂ ਨੰਬਰ 1 ਬਣਾਈ ਹੈ ਕਦੋਂ ਦੀ ਸੂਈ ਹੈ ਕਿੰਨਵਾ ਸੂ ਹੈ ਮਗਰ ਕੇ ਬੋਲੇ ਜੇ ਜਾਂ ਦੁੱਧ ਜੇ ਇਹਦੇ ਮਗਰ ਕੱਟਾ ਜੇ ਜੀ ਇਹਨੂੰ 9 ਦਿਹਾੜੇ ਹੋ ਗਏ ਜੇ ਸੋਇਆ 9 ਦਿਨ ਹੋ ਗਏ ਸੁਬਾ ਸੁਬਾ ਪਹਿਲਾਂ ਪਹਿਲਾਂ ਨਹੀਂ ਹੈ ਮੂੰਹ ਚੁਕੇ ਮੂੰਹ ਚ ਭਾਈ ਮੂੰਹ ਚ ਪਟੋ ਜੇ ਭਾਈ ਚੌਕੀ ਲਾਤੀ ਜੇ ਲਾਈਆਂ ਨੇ ਜੀ ਕੋਈ ਨਹੀਂ ਗੱਲ ਹੈ ਰਹੀ ਹੈ ਚੌਕੀ ਹੈ ਜੇ ਠਿੱਗੀ ਹੈ ਜੇ ਪਟਾਂਦੀ ਮੂੰਹ ਪਟੋ ਠਿੱਗ ਗਿਆ ਮੈਨੇ ਠਿੱਗੀ ਹੈ ਠਿੱਗੀ ਹੈ ਠੀਕ ਹੈ ਜੀ ਮੂੰਹ ਚ ਠਿੱਗੀ ਪਹਿਲਾਂ ਨਵਾਂ ਦਿਨ ਨੇ ਸੋਏ ਆ ਦੁੱਧ 10 ਕਿਲੋ ਦੁੱਧ 10 ਕਿਲੋ ਤਿੰਨਾ ਥਣਾ ਦਾ ਤਿੰਨਾ ਥਣਾ ਦਾ ਇੱਕ ਥਣ ਬਚਨ ਦੇ ਕੱਟੇ ਨੂੰ ਪੇ ਦਿੰਦੇ ਆ ਦੁੱਧ 10 ਕਿਲੋ ਵੰਗਾ ਲਾਉਂਦੇ ਹੋ ਕਿ ਨਹੀਂ ਨਹੀਂ ਬਗੈਰ ਵੰਗੇ ਤੋਂ ਬਗੈਰ ਵੰਗੇ ਤੋਂ ਜਾ ਇੰਜ ਜਾ ਛੱਡ ਕੇ ਥੱਲੇ ਜਾ 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 ਮਿਲਦੀ ਜਾ ਤੇ ਨਹੀਂ ਮਿਲਦੀ ਜਾ ਤੇ ਜਾ ਤੇ ਫੇਰ ਤੇ ਜਾ ਬਿਲਕੁਲ ਸੀਲ ਸਾਉ ਬਿਲਕੁਲ ਸੀਲ ਸਾਉ ਮਗਰ ਕੱਟਾ ਨਾਲ ਹੀ ਬਲਾਲ ਜਾਦ ਦਾ ਕੱਟਾ ਜਿਹੜਾ ਨੰਬਰ 2 ਦਾ ਕਵਰ ਕਰੋ ਹੁਣ ਇਹਦੀ ਗੱਲ ਸੁਣਾਓ ਜੇ ਭਾਈ ਮਹਿੰਦੀ ਨੰਬਰ 2 ਜਿਹੜੀ ਹੈ ਝੋਟੀ ਮੁੱਲ ਕਿੰਨੇ ਦੀ ਤੁਸੀਂ ਦੇ ਸਕਣੀ ਹੈ 2,35,000 ਰੁਪਏ ਦੀ ਦੁੱਧ 10 ਕਿਲੋ ਮਜ਼ੀਦ ਫੇਰ ਵੀ ਕਿਸੇ ਭਰਾ ਦੇ ਪਸੰਦ ਆ ਜੇ ਜੀ ਤੇ ਪਿਆਰ ਮੁਹੱਬਤ ਕਰ ਲਾਂਦੇ ਪਹਿਲੀ ਵਾਰ ਏ ਜੀ ਮੁੱਲ ਮੈਂ ਫੇਰ ਉਹੀ ਗੱਲ ਕੀਤੀ ਕਿ ਆਪਣਾ ਜਾਇਜ਼ ਮੁਨਾਸਬ ਰੱਖ ਕੇ ਜਿੰਨਾ ਸਮਝੋ ਇੱਥੇ ਰੋਜ਼ੀ ਲੱਭਦੀ ਪਈ ਹੈ ਉਹ ਲਾਓ ਆਪਣਾ ਲਿਆਓ ਜੇ ਅੱਗੇ ਨੰਬਰ 3 ਜਿਹੜੀ ਤੁਸੀਂ ਨੰਬਰ ਆ ਗਈ ਜੀ 3 ਇਹ ਪੈਕੇਜ ਜੀ ਜੇ ਸਮਝ ਜੀ ਆਵਣ ਦੋ ਜੀ ਨੰਬਰ 3 ਜਿਹੜੀ ਇਹ ਪੈਕੇਜ ਪਹਿਲਾਂ ਬਣਾਓ ਜੀ ਨੰਬਰ 3 ਨੰਬਰ 3 ਪਹਿਲਾਂ ਕੱਟੀ ਜੇ ਜੀ ਇਹਦੇ ਮਗਰ ਕੱਟੀ ਜੇ ਕੱਟਾ ਮਗਰ ਕੱਟਾ ਪਹਿਲਾਂ ਪਹਿਲਾਂ ਕਦੋਂ ਦੀ ਸੂਈ ਹੈ ਇੱਕ ਥਣ ਜਿਹੜਾ ਤੁਸੀਂ ਜਾ ਨੂੰ ਪੇ ਦਿੰਦੇ ਹੋ ਕਿੰਨੇ ਦੀ ਤੁਸੀਂ ਦੇ ਸਕਣੀ ਜਿਹੜੇ ਪੈਸੇ ਲੈ ਲੈਣੇ ਨੇ ਨੰਬਰ 3 170 ਦੀ ਦੇ 1,70,000 ਰੁਪਏ ਦੀ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ 3 ਸੁਬਾ ਪਹਿਲਾਂ ਲਿਆਓ ਜੀ ਅੱਗੇ ਨੰਬਰ 4 ਜਿਹੜੀ ਹੈ ਜਾਣ ਲਓ ਜਾ ਉੱਧਰ ਬੰਪਰ ਨੰਬਰ 4 ਲਿਆਓ ਜੀ ਗੱਬਣ 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 ਹੀ ਹੈ ਜਾ ਗੱਬਣ ਘਰ ਦੀ ਜਿਹੀਆਂ ਮੁੱਲ ਲੈਂਦੀ ਨਹੀਂ ਇਹ ਘਰ ਦੀ ਜੇ ਮੱਝਾਂ ਵਿਕ ਗਈਆਂ ਹਨ ਦੂਜੀਆਂ ਤੇ ਫਿਰ ਅਸੀਂ ਅੱਜ ਆਵਣ ਦਿਓ ਜੀ ਗੱਬਣ ਇਹਦੀ ਤੇ ਫਿਰ ਪੂਰੀ ਤਸੱਲੀ ਹੈ ਜੀ ਪੂਰੀ ਤਸੱਲੀ ਹੈ ਜੀ ਕਿੰਨੇ ਸੂਏ ਲਾਏ ਜੇ ਘਰ ਇਹ ਹੁਣ ਚੌਥੇ ਸੂਬੇ ਸੋਣਾ ਅੱਗੇ ਪ੍ਰੈਵੇ ਘਰ ਹੀ ਜਾਂ ਅੱਗੇ ਘਰ ਹੀ ਤਰੇ ਘਰ ਝੋਟੀ ਘਰ ਦੀ ਹੈ ਜਾਂ ਲਿਆਂਦੀ ਘਰ ਹੀ ਕੱਟੀ ਘਰ ਦੀ ਕੱਟੀ ਹੈ ਘਰ ਦੀ ਆਪੋ ਹੀ ਪਾਲੀ ਹੈ ਤਰੇ ਸੂਬੇ ਅੱਗੇ ਲਾਏ ਨੇ ਚੌਥਾ ਅਈਏ ਟਾਈਮ ਲੈਂਦੀ ਹੈ ਤਕਰੀਬਨ ਮਹੀਨਾ 5 ਦਿਨ ਲੈਂਦੀ ਹੈ ਅਈਏ ਮਹੀਨਾ ਜਾਂ 5 ਦਿਨ ਕੱਢਦੀ ਹੈ ਕੱਢਦੀ ਭਾਈ ਮਹਿੰਦੀ ਕੇਕ ਕੋ ਰਿਕਾਰਡ ਰਿਹਾ ਜੀ ਆਪਣਾ ਇਹਦਾ ਜਿਹੜਾ ਇਹਦਾ ਰਿਕਾਰਡ 18 ਤੋਂ 20 ਕਿਲੋ 18 ਤੋਂ 20 ਕਿਲੋ ਪਿਛਲੇ ਜਿਹੜੇ ਸੂਏ ਨੇ ਜਾਂ ਪਿਛਲੇ ਸੂਏ ਜਿਹੜੇ ਘਰ ਆਪਣੇ ਲਾਏ ਜੀ ਜਾਂ ਜਾਂ ਅੱਗੋ ਡੰਗਰ ਜਿਹੜਾ ਸੂਏ ਦਾ ਸੂਏ ਹੁੰਦਾ ਕਿਸੇ ਦੀ ਕਿਸੇ ਦੀ ਕਿਸਮ ਸੂਏ ਦੇ ਸੂਏ ਹੁੰਦੇ ਸੂਏ ਦੇ ਸੂਏ ਹੁਣ ਜੋ ਕੁਝ ਹੈ ਭਰਾਵਾਂ ਦੇ ਸਾਹਮਣੇ ਹੈ ਪਿਛਲਾ ਤੁਸੀਂ ਫਿਰ ਦੱਸ ਦਿਓ 18 ਕਿਲੋ ਜਿਹੜਾ ਸਾਡੇ ਘਰ 18 ਕਿਲੋ ਦੁੱਧ ਪੱਕਾ ਦਿੰਦੀ ਹੈ 20 ਕਰ ਸਕਦੀ ਹੈ 18 ਤੋਂ ਘੱਟ ਜਿਹੜੇ 20 ਤੋਂ 5 ਕੱਢਦੀ ਹੈ ਜਾਂ 20 ਤੋਂ 5 20 ਤੋਂ 5 ਜਿਹੜੇ ਤੁਹਾਡੀ ਪੇਟ ਨਾਲ ਲੱਗਦੀ ਗੱਲ ਬਤਾ ਕੋਲੇ ਦੋ ਬਿਲਕੁਲ ਉੱਤਾਂ ਹੋ ਜਾਣੀਆਂ ਦੋ ਥੱਲੇ ਹੋ ਜਾ
ਉਹਨੇ ਦੀ ਗੱਲ ਸੁਣਾਓ। ਉਹ ਭਾਈ ਮਹਿੰਦੀ ਨੰਬਰ 4 ਜਿਹੜੀ ਗੱਬਣ ਘਰ ਵਾਲੀ ਚੌਥਾ ਸੋਆ ਸੋਆ ਕਿੰਨੇ ਦੀ ਦੇਸਣੀ ਮੁੱਲ ਜਿਹੜੇ ਪੈਸੇ ਲੈ ਲੈਣੇ ਨੇ ਇਹਦਾ 2,60,000 ਦਾ 2,60,000 ਰੁਪਈਆ ਜਿਹੜੇ ਭਰਾ ਨੂੰ ਪਸੰਦ ਆ ਜਿਹੜੇ ਭਰਾ ਨੂੰ ਪਸੰਦ ਆ ਜੇ ਮਜ਼ੀਦ ਫੇਰ ਵੀ ਪਹਿਲੀ ਦਫਾ ਵੀਡੀਓ ਚਾਹਣ ਵਾਲੇ ਆ ਕੋਈ ਵਾਧਾ ਕਰ ਲਿਓ ਜੀ ਅੱਗੇ ਨੰਬਰ 5 ਹੈ ਜਿਹੜੇ ਨੰਬਰ 5 ਇਹਦਾ ਲਿਆ ਕੱਟ ਆਉਣ ਦੋ ਜੀ ਆ ਕੱਟੀ ਜੀ ਹਾਂ ਜੀ ਨੰਬਰ 5 ਆ ਗਈ ਬਣਾਓ ਜੀ ਭਾਈ ਮਹਿੰਦੀ ਨੰਬਰ 5 ਕੀ ਹਿਸਾਬ ਕਿਤਾਬ ਇਹਦਾ ਇਹ ਦੂਜੇ ਸੂਜੇ ਝੋਟੀ ਜੀ ਮਗਰ ਕੱਟੀ ਮਗਰ ਕੱਟੀ ਸੁਬਾ ਦੂਸਰਾ ਕਦੋਂ ਦੀ ਸੂਈ ਹੈ ਇਹ ਤਕਰੀਬਨ ਸੂਈ ਹੈ लेकिन जिंदाबाद गल ਤੁਸੀਂ ਸਿੱਧੀ ਵੀ ਕਰਦੇ ਹੋ ਕਿ ਜਿਹੜਾ ਵੀ ਭਰਾ ਜੇ ਕੋਈ ਆਵੇ ਇਹ ਵੱਡੇ ਵੇਖਿਆ ਜਾ ਨੇ ਮੂੰਹ ਮਾਰੇ ਜੀ ਪਸਮੀ ਹੈ ਮਾਜ ਪਿੱਛੋਂ ਜਾ ਮੂੰਹ ਮਾਰਦੇ ਰਹਿੰਦੇ ਜਗ੍ਹਾ ਸੌੜੀ ਹੈ ਜੀ ਪਸਮ ਗਈ ਹੈ ਮਾਜ ਬਾਕੀ ਜਾ ਬਾਅਦ ਚ ਲੈਂਦੀ ਹੈ ਜਾ ਬਾਅਦ ਚ ਲੈਂਦੀ ਪਹਿਲਾਂ ਪਹਾੜੇ ਤੇ ਪਹਿਲਾਂ ਪਹਾੜੇ ਉਹ ਜੇ ਚੋਕਰ ਜਾਂ ਵੰਡਾ ਪਾ ਕੇ ਜਾਂ ਚੋਕਰ ਵੰਡਾ ਪਾ ਕੇ ਸਾਡੇ ਕੋਲ ਦੂਸਰੇ ਹਿਸਾਬ ਨਾਲ ਜੀ ਬਾਕੀ ਬਾਅਦ ਚ ਜਾ ਜਿਹੜਾ ਉਹ ਛੱਡ ਦਿਓ ਬਾਅਦ ਚ ਜਾ ਲੈ ਕਿੰਨਾ ਕੁਝ ਆਉਂਦੇ ਹੋ ਪਿਆ ਇਸ ਟਾਈਮ 10 ਕਿਲੋ 9 ਹੀ ਕਰੋ ਜੀ ਜ਼ਿੰਦਾਬਾਦ 10 ਹੈ ਲੇਕਿਨ 10 ਦੇ ਹੋ ਫਿਰ 9 ਹੀ ਕਰੋ ਉਹਨੇ ਦੀ ਗੱਲ ਸੁਣਾਓ ਭਾਈ ਮੈਂ ਤੇ ਨੰਬਰ 5 ਜਿਹੜੀ ਕਿੰਨੇ ਦੀ ਦੇ ਸੜਨੀ ਹੈ ਮੁੱਲ ਜਿਹੜੇ ਪੈਸੇ ਲੈ ਲੈਣੇ 1,75,000 ਜਿਹੜੇ ਭਰਾ ਨੂੰ ਪਸੰਦ ਆਵੇ ਜਿਹੜੇ ਭਰਾ ਨੂੰ ਪਸੰਦ ਆ ਜੇ ਜੀ बना के अपलोड कर छड़नी लो जी नंबर 6 आवण दो नंबर आ गए जी 6 बनाओ जी भाई मेहंदी नंबर आ गए 6 के हिसाब किताब एदा ये 20 दिनां दी बनी जे अगू ਅੱਗੋ ਦੁੱਧ 5 ਕਿਲੋ ਜੀ ਪੰਜਾਂ ਦਾ ਵੀ 4 ਕਰੋ ਤੁਸੀਂ ਕਿਉਂਕਿ ਜੀ ਪੰਜਾਂ ਦਾ ਵੀ 4 ਹੀ ਕਰੋ ਪਛੜ ਹੈ ਨਾ ਪਛੜ 20 ਦਿਨਾਂ ਦੀ ਬਣੀ ਉਹ ਨਸੀਬ ਨੇ ਬੰਦੇ ਅੱਗੋ ਨਸੀਬ ਹੈ ਜੀ ਗੱਲ ਪੱਕੀ ਕੋਈ ਨਹੀਂ ਹੈ ਕਿਉਂਕਿ ਤਾਂ ਹੁੰਦਾ ਪੱਕੀ ਜੇ 3 ਮਹੀਨੇ ਚੈੱਕ ਕਰਾਈ ਹੋਵੇ 3 ਮਹੀਨੇ ਦੀ ਨਹੀਂ ਹੈ 20 ਦਿਨਾਂ ਦੀ ਹੋਈ ਹੈ 20 ਦਿਨਾਂ ਦੀ ਰਲੀ ਹੈ ਕਿੰਨਵਾ ਸੁਬਾ ਸੋਈ ਹੈ ਇਹ ਸੁਬਾ ਤਕਰੀਬਨ ਦੂਜੇ ਹੀ ਅੱਗੇ ਸੋਈ ਹੈ ਦੂਜੇ ਸੋਈ ਹੈ ਹੁਣ ਜਿਹੜੀ ਰਲੀ ਹੈ ਜੇ ਖਲੋ ਗਈ ਤੇ ਤੀਸਰੇ ਜਾਂ ਤੀਸਰੇ ਸੋਵੇ ਗਈ ਤੇ ਤੀਸਰੇ ਸੋਵੇ ਦੁੱਧ ਹੁਣ 5 ਕਿਲੋ ਸੋ ਹੁਣ 5 ਕਿਲੋ ਦੋ ਟਾਈਮਾਂ ਦਾ ਜਾਂ ਦੋਵੇਂ ਟਾਈਮ ਚ ਹੁੰਦੇ ਜਾਂ 8 ਪੈਰ ਨਹੀਂ ਦੋਵੇਂ ਟਾਈਮ ਚ ਦੋਵੇਂ ਟਾਈਮ ਚ ਹੁੰਦੇ ਜਾਂ ਜਾਣੇ ਕੋ ਨਹੀਂ ਜਾ ਬਣੀ ਇਹਦਾ ਹਾਲੇ ਆਈ ਹੈ ਮਾਜ ਬੰਦੇ ਬੰਨ ਆ ਜੇ ਤਾਂ ਜੀ ਲਾਇਆ ਜੇ ਸੁਬਾ ਦਾ ਆਪਣਾ ਜਾਂ ਸੁਬਾ ਲਾਇਆ ਚੰਗਾ ਦੁੱਧ ਦਿੰਦੀ ਹੈ ਮਾਜ ਕਿੰਨਾ ਕੁ ਦਿੰਦੀ ਰਹੀ ਜੇ ਮਾਜ ਜਿਹੜੀ ਇਹ ਨੰਬਰ 6 ਪਛੜ ਇਹ 16 ਸੇਰਾਂ ਤੇ ਜੀ 16 ਸੇਰਾਂ ਤੇ ਤੁਹਾਡੇ ਹੱਥੇ ਆਪਣੇ ਡੇਰੀ ਫਾਰਮ ਦੇ ਕਾ ਜੀ ਉਹਨੇ ਦੀ ਗੱਲ ਸੁਣਾਓ ਭਾਈ ਪਛੜ ਹੈ ਮਾਜ ਨੰਬਰ 6 ਜਿਹੜੀ ਹੈ ਕਿੰਨੇ ਦੀ ਤੁਸੀਂ ਦੇਸਣ ਨਹੀਂ ਹੈ ਮੁੱਲ ਸੋਣਾ ਜਾ 1,05,000 ਦੀ ਦੇ ਜਿਹੜੇ ਭਰਾ ਨੂੰ ਪਸੰਦ ਆ ਜਿਹੜੇ ਭਰਾ ਨੂੰ ਪਸੰਦ ਆ ਜੇ 1,05,000 ਦੀ ਦੇ ਹੜਾਂ ਦੇ ਜੀ ਮਜ਼ੀਦ ਪਿਆਰ ਮੁਹੱਬਤ ਹੋ ਜੇਗਾ ਜੀ ਵੀਡੀਓ ਹੈ ਜੀ ਇਸ ਵਾਸਤੇ ਜੇ ਤੇ ਕੰਮ ਚੱਲਿਆ ਤੇ ਫਿਰ ਅੱਗੋ ਚੱਲਦਾ ਰਹੇਗਾ ਠੀਕ ਹੋ ਗਿਆ ਜੀ ਬਾਕੀ ਮੁੱਲ 6 ਦਾ ਲਾ ਸੜਿਆ ਜਾਂ ਜਿਹੜੀ ਇੱਕ ਪਛੜ 4 ਸਜਰੀਆਂ ਹੀ ਨੇ ਤੇ ਇੱਕ ਜਿਹੜੀ ਇਹ ਗੱਬਣ ਹੈ ਉਹ ਵਹਾ ਸੜੀ ਹੈ ਬਾਕੀ ਇੱਥੇ ਡੇਰੇ ਦੂਜੇ ਦੇ ਵੀ ਬਲਾਲ ਮਾਰ ਸੜ ਕੈਮਰਾ ਨੰਬਰ ਆਪਣਾ ਹੀ ਦੇਣਾ ਜੇ ਨਾ ਜਾਂ ਆਪਣੇ ਜੀ ਨੰਬਰ ਬੋਲੋ ਆਪਣਾ ਜੀ WhatsApp ਵੀ ਮੋ ਚਲਾਉਂਦੇ ਹੋ ਨਾ ਨੰਬਰ 0316 ਜੀ 72 56 54 418 ਇਹਦੇ ਤੇ WhatsApp ਇਮੋ WhatsApp ਇਮੋ ਤੇ ਕਾਲ ਜਾ ਇੱਕ ਹੀ ਨੰਬਰ ਹੈ ਠੀਕ ਹੋ ਗਿਆ
उम्मीद करना जी इंशाल्लाह भरावां नूं वीडियो पसंद आउंदी है, वीडियो नूं लाइक भी कर दिओ, वीडियो नूं शेयर भी कर दिओ, इसे वीडियो दे नाल दिओ इजाजत। इंशाल्लाह अगली वीडियो दे नाल फिर हाजिर होवांगे। पाकिस्तान जिंदाबाद।